ਸਤਾਰ ਜੀ ਕੀ ਨਾਮ ਤੁਹਾਡਾ? ਨਿੰਦਰ ਸਿੰਘ। ਇਹ ਜੀ ਦੀ ਡੈਥ ਹੋਈ ਕੀ ਲੱਗਦਾ ਸੀ ਤੁਹਾਡਾ? ਇਹ ਪੁੱਤ ਕੀ ਗੱਲ ਹੋਈ? ਇਹ ਨਸ਼ਾ ਹੀ ਕੀਤਾ, ਟੀਆ ਲਾ ਲਿਆ, ਸਰਕਾਰਾਂ ਨਸ਼ੇ 'ਤੇ ਕਾਬੂ ਨਹੀਂ ਪਾਉਂਦੀ, ਘਰ ਘਰ ਕਰਤਾ ਸਾਡਾ ਨਸ਼ਿਆਂ ਨੇ। ਇਹਦਾ ਸ਼ਾਦੀ ਹੋਈ ਇਹਦੀ ਵੀਰ ਦੀ? ਸ਼ਾਦੀ ਹੋਈ। ਕਿੰਨੀ ਕੁ ਉਮਰ ਸੀ ਇਹਦੀ? ਉਮਰ 30 ਸਾਲ ਹੋਈ ਇਹਦੀ। 30 ਸਾਲ ਅਤੇ ਬੱਚੇ ਕਿੰਨੇ ਦੇ? ਬੱਚੇ ਦੋ ਗੁੱਡੀਆਂ। ਦੋ ਗੁੱਡੀਆਂ ਨੇ, ਦੋਵੇਂ ਗੁੱਡੀਆਂ ਹੀ ਨੇ। ਅੱਛਾ, ਅਤੇ ਪਤਾ ਲੱਗਾ ਕਿੱਥੋਂ ਲਿਆਉਂਦਾ ਟੀਕਾ ਟੁਕਾ? ਹੁਣ ਇਹ ਗੱਲ ਤਾਂ ਪਤਾ ਨਹੀਂ ਕਿੱਥੋਂ ਲਿਆਉਂਦੇ ਰਹੇ, ਕੀ ਕਰਦੇ ਮੁੰਡੇ ਰਲੇ ਹੁੰਦੇ ਆ ਤੇ ਆਪ। ਹੁਣ ਸਾਨੂੰ ਤਾਂ ਉਦੋਂ ਪਤਾ ਲੱਗਾ ਵੀ ਦਿਨੇ ਹੀ, ਪਹਿਲਾਂ ਰਾਤ ਵੀ ਕਿਤੇ ਇਹਨੇ ਲਾਇਆ ਲੋਇਆ ਉਦੋਂ ਵੀ ਨਹੀਂ, ਅਤੇ ਮੈਂ ਚਲੇ ਗਿਆ 4 ਵਜੇ ਖੇਤ, ਮਗਰੋਂ ਇਹਨੇ 6 ਵਜੇ ਬੂਹਾ ਮਾਰ ਲਿਆ ਬਾਥਰੂਮ ਦਾ, ਅੰਦਰੋਂ ਕੁੰਡੀ ਕੁੱਟ ਕੇ ਕੱਢਿਆ, ਟੀ ਸਰਿੰਜ ਵਿੱਚ ਗੱਡੀ ਰਹਿ ਗਈ ਅੰਦਰ ਬਾਥਰੂਮ ਆਪਣੇ ਘਰ ਦੇ ਵਿੱਚ। ਹਾਂਜੀ, ਘਰ 'ਚ ਹੀ। ਅਤੇ ਇਹ ਵੀਰ ਦੀ ਉਮਰ ਤੁਹਾਨੂੰ ਦੱਸੀ, 30 ਸਾਲ, ਕਿੰਨੇ ਕੁ ਚਿਰ ਤੋਂ ਨਸ਼ਾ ਕਰਦਾ ਸੀ? ਨਸ਼ਾ ਤਾਂ ਇਹਨੂੰ ਪਹਿਲਾਂ ਤਾਂ ਨਹੀਂ ਕਰਦਾ ਰਿਹਾ, ਥੋੜ੍ਹਾ ਵੱਧ 10 ਸਾਲ ਜੋ ਹੋ ਗਏ ਹੋਣਗੇ, ਵੱਧ ਤੋਂ ਵੱਧ ਜਵਾਨ ਨਸ਼ੇ ਚੱਲੇ ਆ ਤੇ 4 ਸਾਲ ਇਹਨੂੰ ਹੋਇਆ। ਕਿੰਨੇ ਚਿਰ ਤੋਂ ਨਸ਼ਾ ਕਰਦਾ? 4-5 ਸਾਲ ਹੋਏ ਹੋਣਗੇ, ਵੱਧ ਤੋਂ ਵੱਧ ਜਿਹਨਾਂ ਰੂਟਾ ਵੀਟ 'ਤੇ ਲਾ ਪਿਆ, ਤੂੜੀ ਵਾਲੀ ਮਸ਼ੀਨ 'ਤੇ ਲਾ ਪਿਆ, ਹਰ ਇੱਕ ਚੀਜ਼ ਦਾ ਮੰਗਣਗੇ ਹੀ। ਕਿਸ ਤਰ੍ਹਾਂ ਦਾ ਨਸ਼ਾ ਕਰਦਾ ਸੀ? ਨਸ਼ਾ ਉਹ ਚਿੱਟੇ ਦਾ ਸਿਆਪਾ ਪਿਆ ਕੇ ਹੋਰ ਕਹਿੰਦਾ ਨਸ਼ਾ। ਸਰ ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਨੂੰ ਇਹ ਰੋਂਦੇ ਆ ਵੀ ਠੇਕੇ ਖੋਲ ਦਿਓ ਅਤੇ ਆਹ ਚਿੱਟਾ ਬੰਦ ਕਰੋ, ਆਹ ਜਿਹੜੀ ਨੌਜਵਾਨ ਪੀੜ੍ਹੀ ਨਾ ਕਰਕ ਹੋਵੇ। ਸਰਕਾਰ ਦਾ ਕੋਈ ਨੀ ਲੱਗਦਾ, ਇਹਨੂੰ ਨਸ਼ੇ ਨੂੰ ਬੰਦ ਕਰੋ, ਡੀਸੀ ਸਾਹਿਬ ਦੇ ਰੋਏ ਜਾ ਕੇ, ਕੋਈ ਸਾਡੀ ਸੁਣਵਾਈ ਡੀਸੀ ਸਾਹਿਬ ਨੇ ਕੀਤੀ, 15 ਦਿਨ ਧਰਨਾ ਬੈਠਾ ਰਿਹਾ, ਪ੍ਰਧਾਨ ਵੀ ਆ। ਕਿਹੜੇ ਡੀਸੀ ਕੋ ਧਰਨਾ ਦਿੱਤਾ? ਤਰਨ ਤਾਰਨ ਜੀ, ਤਰਨ ਤਾਰਨ। ਅੱਛਾ ਜੀ, ਫਿਰ ਡੀਸੀ ਸਾਹਿਬ ਦਾ ਕੀ ਜਵਾਬ ਸੀਗਾ? ਝੰਡੇ ਲੈ ਕੇ ਮੁੜ ਕੇ ਫੇਰ ਉਹ ਉੱਥੇ ਪਨਾਲਾ ਦੇ ਉੱਥੇ ਸਭ ਕੁਝ ਸਭ ਵਿਕੀ ਜਾਂਦਾ, ਸ਼ਰੇਆਮ ਵਿਕਣਦੇ। ਕਿੰਨੇ ਕੁ ਲੋਕ ਵੇਚਦੇ ਹੋਣਗੇ ਇੱਥੇ? ਇੱਥੇ ਬੇਨਤੀ ਆ ਤੇ ਸਭ ਪਤਾ, ਪੁਲਿਸ ਨੂੰ ਕਿਹਨਾਂ ਨੂੰ ਪਤਾ, ਜਾਂ ਡਿਊਟੀ ਨੂੰ ਨੀ ਪਤਾ, ਜਾਂ ਜਿਵੇਂ ਥਾਣੇ ਨੂੰ ਨੀ ਪਤਾ, ਕਿਹਨਾਂ ਨੂੰ ਨੀ ਪਤਾ ਹੈ ਵੀ ਨਸ਼ਾ ਇੰਨਾ ਬੇਬਾਈ ਚਿੱਟਾ ਵਿਕ ਰਿਹਾ, ਅੰਤੀ ਕੋਈ ਨੀ, ਉਹਨੇ ਖਾਣੇ ਜਿਹੜੇ ਵੇਚਣ ਵਾਲੇ ਜ਼ਿਆਦੇ ਆ, ਵੇਚਣ ਵਾਲੇ ਜ਼ਿਆਦਾ। ਹਾਂਜੀ, ਕੀ ਨਾਮ ਤੁਹਾਡਾ? ਹਰਚੰਦ ਸਿੰਘ। ਹਾਂਜੀ, ਹਰਚੰਦ ਸਿੰਘ। ਹਰਚੰਦ ਸਿੰਘ ਜੀ, ਜਿਹੜੇ ਡੈਥ ਹੋਈ ਵੀਰ ਜੀ, ਤੁਹਾਡਾ ਕੀ ਲੱਗਦਾ ਹੈ? ਇਹ ਬ੍ਰਦਰ ਹੈ। ਕੀ ਗੱਲ ਹੋਈ? ਕੁਛ ਨਹੀਂ, ਇਹੋ ਜੋ ਵੀ ਟੀਕਾ ਲਾ ਲਿਆ। ਟੀਕਾ ਲਾ ਲਿਆ? ਹਾਂਜੀ। ਅਤੇ ਕਿੰਨੇ ਕੁ ਚਿਰ ਤੋਂ ਨਸ਼ਾ ਕਰਦਾ ਸੀ? ਨਸ਼ਾ ਤਾਂ ਹੋ ਗਿਆ ਇਹਨੂੰ 1.5 ਸਾਲ ਹੋ ਗਿਆ। 1.5 ਸਾਲ ਹੋ ਗਿਆ। ਇਹਦਾ ਨਾਂ ਕੀ ਵਰਨ ਵਾਲੇ ਦਾ? ਗੁਰਜੰਟ ਸਿੰਘ। ਗੁਰਜੰਟ ਸਿੰਘ। ਕਿੰਨੇ ਬੱਚੇ ਇਹਦੇ? ਦੋ ਧੀਆਂ ਨੇ। ਦੋ ਧੀਆਂ ਨੇ। ਬੇਟਾ ਕੋਈ ਨਹੀਂ? ਨਹੀਂ। ਕੀ ਮੰਗ ਕਰਦੇ? ਮੰਗ ਇਹੋ ਇਨਸਾਫ ਚਾਹੀਦਾ ਵੀ ਚਲੋ ਸਾਨੂੰ ਤਾਂ ਨਾ ਮਿਲੇ ਗਾਂ ਸਹੀ, ਹੋਰ ਧੀਆਂ ਪੁੱਤ ਕੇ ਇਹਦਾ ਬਾਜੇ ਵੀ ਇਹੋ ਜਿਹਾ ਕੰਮ 'ਤੇ ਰੋਕ ਲਾਉਣੀ ਚਾਹੀਦੀ ਸਰਕਾਰ ਨੂੰ। ਭਗਵੰਤ ਮਾਨ ਸਰਕਾਰ ਦੇ ਵਾਰ ਵਾਰ ਕਹਿ ਰਹੀ ਵੀ ਅਸੀਂ ਨਸ਼ੇ ਨੂੰ ਨੱਥ ਪਾ ਲਈ, ਕੋਈ ਨੱਥ ਨਹੀਂ ਪਈ ਜੀ, ਇੱਥੇ ਸ਼ਰੇਆਮ ਮਿਲਦਾ ਹੈ, ਸ਼ਰੇਆਮ 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 ਕੰਮ ਚੱਲਦਾ ਵਾ ਵੇ। ਨਿੱਕੀਆਂ ਬੱਚੀਆਂ ਨੂੰ